ਸੋ ਇਹ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ, ਇੱਕ ਦਾ ਦੋ ਦਿਨ ਪਹਿਲਾਂ, ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹੈਗੇ ਹਾਂ, ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ, ਇੱਕ ਆ ਬੱਚੇ ਦੀ ਡੈਡ ਬੋਡੀ ਸਾਡੇ ਕੋਲ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਕਹਾਂਗਾ, ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ, ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ, ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ, ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ। ਜੋ ਸ਼ਹੀਦਾਂ ਨੂੰ ਮਾਣ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ। ਅਸੀਂ ਸਾਡਾ ਇੱਕ ਸ਼ਹੀਦ ਹੋਇਆ ਸੀ ਜੈਤੋ ਮੋਰਚੇ ਦਾ, ਸਰਕਾਰ ਨੇ ਜਿੰਨੀ ਮਦਦ ਕੀਤੀ ਉਨੇ ਰੁਪਈਏ, ਉਸ ਤੋਂ ਵੱਧ ਰੁਪਈਏ ਜਥੇਬੰਦੀ ਨੇ ਆਪ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਦੀ ਆਰਥਿਕ ਮਦਦ ਕੀਤੀ ਹੈ। ਇਹ ਸਾਡਾ ਬੱਚਾ ਹੈ, ਅਸੀਂ ਕੋਈ ਡਰਾਮਾਬਾਜ਼ੀ ਨਹੀਂ ਕਰ ਰਹੇ, ਅਸੀਂ ਕਰ ਲਾਂਗੇ ਇਕੱਠੇ, ਸਾਡੇ ਕਿਸਾਨਾਂ ਕੋਲ ਹੈਗੇ ਨੇ ਇੰਨੇ ਕੁ ਦੇਣ ਜੁਗਰੇ ਹੋ ਜੁਗਰੇ ਹੈਗੇ ਆ, ਕੋਈ ਦਿੱਕਤ ਨਹੀਂ ਹੈ। ਅੱਛਾ ਜੀ, ਕਤਲ ਦਾ ਪਰਚਾ ਦਰਜ ਹੁੰਦਾ ਕੀ ਤੁਸੀਂ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਵੀ 120 ਵਿੱਚ ਰੱਖਣ ਦੀ ਮੰਗ ਕਰੋਗੇ? 120 ਦੇ ਵਿੱਚ ਰੱਖਣ ਦੀ ਅਸੀਂ ਇਕੱਲੇ ਗ੍ਰਹਿ ਮੰਤਰੀ ਦੇ, ਅਸੀਂ ਤਾਂ ਹਰ ਉਸ ਵਿਅਕਤੀ ਨੂੰ ਰੱਖਾਂਗੇ, ਰੱਖਣ ਦੀ ਸਾਡੀ ਮੰਗ ਹੋਏਗੀ ਜਿਹਦਾ ਵੀ ਇਸ ਘਟਨਾ ਕਰਮ ਦੇ ਮਗਰਲੇ ਪਾਸੇ ਜਾਣਾ। ਠੀਕ ਹੈ, ਠੀਕ ਹੈ ਸਾਹਿਬ, ਜਦ ਤੱਕ ਸ਼ੁਭਕਰਨ ਦਾ ਤੁਸੀਂ ਕਹਿ ਰਹੇ ਉਹਨੂੰ ਸ਼ਹੀਦ ਕਰਾਰ ਦੇ ਕੇ ਮੰਗਾਂ ਨਹੀਂ ਮੰਨੀ ਜਾਂਦੀ, ਉਦ ਤੱਕ ਪੋਸਟਮਾਰਟਮ ਦਾ ਸੰਸਕਾਰ ਹੋਊਗਾ ਜਾਂ ਨਹੀਂ ਹੋਊਗਾ? ਦੇਖਦੇ ਹਾਂ, ਸਾਡੀ ਅਜੇ ਪਹਿਲੀ ਮੀਟਿੰਗ ਹੋਈ ਹੈ ਆਪਸੀ, ਇਹ ਬਿੰਦੇ ਬਿੰਦੇ ਚਰਚਾ ਹੁੰਦੀ ਰਹਿਣੀ, ਬਿੰਦੇ ਬਿੰਦੇ ਪਰਿਵਾਰ ਵੀ ਆ ਰਹੇ ਸਾਡੇ ਕੋਲ, ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ, ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਕੀ ਕਹਿੰਦਾ ਸਾਨੂੰ, ਕੀ ਇਹਦੇ 'ਤੇ ਰਿਸਪੋਂਸ ਦਿੰਦਾ, ਦਿੰਦਾ ਵੀ ਹੈ ਕਿ ਨਹੀਂ ਦਿੰਦਾ, ਪ੍ਰਸ਼ਾਸਨ ਕਿੱਥੇ ਖੜਾ, ਤੁਸੀਂ ਕਿੱਥੇ ਖੜੇ ਹੋ। ਸੋ ਇਹ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ, ਇੱਕ ਦਾ ਦੋ ਦਿਨ ਪਹਿਲਾਂ, ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹੈਗੇ ਹਾਂ, ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ, ਇੱਕ ਆ ਬੱਚੇ ਦੀ ਡੈਡ ਬੋਡੀ ਸਾਡੇ ਕੋਲ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਕਹਾਂਗਾ, ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ, ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ, ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ, ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ। ਜੋ ਸ਼ਹੀਦਾਂ ਨੂੰ ਮਾਣ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ। ਅਸੀਂ ਸਾਡਾ ਇੱਕ ਸ਼ਹੀਦ ਹੋਇਆ ਸੀ ਜੈਤੋ ਮੋਰਚੇ ਦਾ, ਸਰਕਾਰ ਨੇ ਜਿੰਨੀ ਮਦਦ ਕੀਤੀ ਉਨੇ ਰੁਪਈਏ, ਉਸ ਤੋਂ ਵੱਧ ਰੁਪਈਏ ਜਥੇਬੰਦੀ ਨੇ ਆਪ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਦੀ ਆਰਥਿਕ ਮਦਦ ਕੀਤੀ ਹੈ। ਇਹ ਸਾਡਾ ਬੱਚਾ ਹੈ, ਅਸੀਂ ਕੋਈ ਡਰਾਮਾਬਾਜ਼ੀ ਨਹੀਂ ਕਰ ਰਹੇ, ਅਸੀਂ ਕਰ ਲਾਂਗੇ ਇਕੱਠੇ, ਸਾਡੇ ਕਿਸਾਨਾਂ ਕੋਲ ਹੈਗੇ ਨੇ ਇੰਨੇ ਕੁ ਦੇਣ ਜੁਗਰੇ ਹੋ ਜੁਗਰੇ ਹੈਗੇ ਆ, ਕੋਈ ਦਿੱਕਤ ਨਹੀਂ ਹੈ। ਅੱਛਾ ਜੀ, ਕਤਲ ਦਾ ਪਰਚਾ ਦਰਜ ਹੁੰਦਾ ਕੀ ਤੁਸੀਂ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਵੀ 120 ਵਿੱਚ ਰੱਖਣ ਦੀ ਮੰਗ ਕਰੋਗੇ? 120 ਦੇ ਵਿੱਚ ਰੱਖਣ ਦੀ, ਅਸੀਂ ਇਕੱਲੇ ਗ੍ਰਹਿ ਮੰਤਰੀ ਦੇ, ਅਸੀਂ ਤਾਂ ਹਰ ਉਸ ਵਿਅਕਤੀ ਨੂੰ ਰੱਖਾਂਗੇ, ਰੱਖਣ ਦੀ ਸਾਡੀ ਮੰਗ ਹੋਏਗੀ ਜਿਹਦਾ ਵੀ ਇਸ ਘਟਨਾ ਕਰਮ ਦੇ ਮਗਰਲੇ ਪਾਸੇ ਜਾਣਾ। ਠੀਕ ਹੈ, ਠੀਕ ਹੈ ਸਾਹਿਬ, ਜਦ ਤੱਕ ਸ਼ੁਭਕਰਨ ਦਾ ਤੁਸੀਂ ਕਹਿ ਰਹੇ ਉਹਨੂੰ ਸ਼ਹੀਦ ਕਰਾਰ ਦੇ ਕੇ ਮੰਗਾਂ ਨਹੀਂ ਮੰਨੀ ਜਾਂਦੀ, ਉਦ ਤੱਕ ਪੋਸਟਮਾਰਟਮ ਦਾ ਸੰਸਕਾਰ ਹੋਊਗਾ ਜਾਂ ਨਹੀਂ ਹੋਊਗਾ? ਦੇਖਦੇ ਹਾਂ, ਸਾਡੀ ਅਜੇ ਪਹਿਲੀ ਮੀਟਿੰਗ ਹੋਈ ਹੈ ਆਪਸੀ, ਇਹ ਬਿੰਦੇ ਬਿੰਦੇ ਚਰਚਾ ਹੁੰਦੀ ਰਹਿਣੀ, ਬਿੰਦੇ ਬਿੰਦੇ ਪਰਿਵਾਰ ਵੀ ਆ ਰਹੇ ਸਾਡੇ ਕੋਲ, ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ, ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਕੀ ਕਹਿੰਦਾ ਸਾਨੂੰ, ਕੀ ਇਹਦੇ 'ਤੇ ਰਿਸਪੋਂਸ ਦਿੰਦਾ, ਦਿੰਦਾ ਵੀ ਹੈ ਕਿ ਨਹੀਂ ਦਿੰਦਾ, ਪ੍ਰਸ਼ਾਸਨ ਕਿੱਥੇ ਖੜਾ, ਤੁਸੀਂ ਕਿੱਥੇ ਖੜੇ ਹੋ।